ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਵਾਗਤ ਹੈ ਜੀ ਇਹਨੂੰ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਜਿੱਥੇ ਸਵਾਗਤ ਕਰਦੇ ਹਾਂ ਰੰਗਣਾ ਪੰਜਾਬ ਦੇ ਦਰਸ਼ਕਾਂ ਸਰੋਤਿਆਂ ਦਾ, ਉੱਥੇ ਤੁਹਾਡਾ ਵੀ ਸਵਾਗਤ। ਹਾਂਜੀ ਸ਼ੁਕਰੀਆ ਜੀ ਸਰ। ਮਿੰਟੂ ਜੀ, ਯੂਨੀਵਰਸਿਟੀ ਕਾਂਡ ਜਿਹੜਾ ਚਰਚਾ ਦੇ ਵਿੱਚ ਹੈ, ਔਰਤ ਹੀ ਔਰਤ ਦੀ ਦੁਸ਼ਮਣ, ਔਰਤ ਹੀ ਔਰਤ ਨੂੰ ਬਦਨਾਮ ਕਰਨ 'ਤੇ ਤੁਲੀ, ਕਿਸ ਤਰੀਕੇ ਦੇ ਨਾਲ ਜੋ ਕਾਂਡ ਤੁਸੀਂ ਕਵਰ ਵੀ ਕੀਤਾ, ਅਖਬਾਰਾਂ ਦੇ ਵਿੱਚ ਵੀ ਛਪਿਆ, ਤੁਸੀਂ ਬਹੁਤ ਸੋਹਣਾ ਲਿਖਿਆ ਵੀ ਹੈ, ਮੈਂ ਸ਼ੇਅਰ ਵੀ ਕੀਤਾ ਸੀ, LPU ਖੁਦਕੁਸ਼ੀ ਕਾਂਡ, ਹੁਣ ਪ੍ਰੋਫੈਸਰ ਦੇ ਖਿਲਾਫ ਕੇਸ ਦਰਜ ਹੋਇਆ, ਕੀ ਕਹਿਣਾ ਚਾਹੋਗੇ ਸੰਦਰਭ 'ਚ? ਹਾਂਜੀ ਦੇਖੋ, ਇਹ ਅਸਲ ਦੇ ਵਿੱਚ ਕੇਰਲ ਤੋਂ ਸੀਗਾ ਮੁੰਡਾ ਜਿਹੜਾ ਇੱਥੇ ਆ ਕੇ ਖੁਦਕੁਸ਼ੀ ਕਰਦਾ ਹੈ। ਤਾਂ ਬੇਸਿਕਲੀ ਕੀ ਆ ਕਿ 2 ਸਾਲ ਪਹਿਲਾਂ ਉੱਥੇ NIT ਕਾਲੀਕਟ ਦੇ ਵਿੱਚ ਪੜ੍ਹਾਈ ਕਰਦਾ ਸੀਗਾ, ਤਾਂ ਉੱਥੇ ਕੋਈ ਮਿਸਅੰਡਰਸਟੈਂਡਿੰਗ ਹੋਈ ਹੈ। ਜਿਸ ਪ੍ਰੋਫੈਸਰ ਦਾ ਨਾਮ ਲਿਖਿਆ ਗਿਆ ਪ੍ਰਸ਼ਾਦ ਕ੍ਰਿਸ਼ਨ, ਤਾਂ ਉਹਦੇ ਨਾਲ ਹੋਈ, ਇਹ ਜ਼ਿੰਮੇਵਾਰ ਮੰਨਦਾ ਸੀਗਾ ਕਿ ਮੇਰੀ ਜਿਹੜੀ ਸਮੇਂ ਦੀ ਬਰਬਾਦੀ ਕੀਤੀ ਆ, ਮੇਰੀ ਪੜ੍ਹਾਈ ਦੀ ਜਿਹੜੀ ਖਰਾਬੀ ਕੀਤੀ ਆ, ਉਹ ਇਸ ਬੰਦੇ ਨੇ ਕੀਤੀ ਆ। ਤੇ ਇਹ ਫਿਰ ਉੱਥੋਂ ਜਦੋਂ ਨਿਕਲ ਗਿਆ, ਇਹ LPU ਦੇ ਵਿੱਚ ਆ ਗਿਆ, ਜਿੱਥੇ ਇਹਦੀ ਸਾਰੀ ਫੈਮਿਲੀ ਨੂੰ 6 ਸਤੰਬਰ ਨੂੰ ਛੱਡ ਕੇ ਗਈ ਸੀਗੀ। ਹੁਣ ਇੱਥੇ ਨੇ ਖੁਦਕੁਸ਼ੀ ਕੀਤੀ, ਮਤਲਬ ਸਾਫ਼ ਆ ਕਿ ਉਹ ਮਾਨਸਿਕ ਤੌਰ ਤੇ ਇਸ ਦਬਾਅ ਨੂੰ ਜਾਂ ਇਸ ਝਟਕੇ ਨੂੰ ਨਹੀਂ ਝੱਲ ਸਕਿਆ, ਇਸ ਮਾਹੌਲ ਦੇ ਵਿੱਚ ਵੀ ਆਪਣੇ ਆਪ ਨੂੰ ਰਿਲੈਕਸ ਨਹੀਂ ਕਰ ਸਕਿਆ, ਜਿਹਦੇ ਕਰਕੇ ਉਹਨੇ ਸਟੈਪ ਚੁੱਕਿਆ ਵਾ। ਤਾਂ ਹੁਣ ਇਹੀ ਵੱਡੀ ਖ਼ਬਰ ਆ ਕਿ ਪੁਲਿਸ ਨੇ ਦੇਰ ਸ਼ਾਮ, ਯਾਨੀ ਇੰਡੀਆ ਦੇ ਦੇਰ ਸ਼ਾਮ, ਮੁਕੱਦਮਾ ਦਰਜ ਕਰ ਲਿਆ ਉਸ ਪ੍ਰੋਫੈਸਰ ਤੇ ਜਿਹਦਾ ਜ਼ਿਕਰ ਕੀਤਾ ਗਿਆ ਸੁਸਾਈਡ ਨੋਟ ਦੇ ਵਿੱਚ। ਪਰ ਇੱਥੇ ਮਤਲਬ ਕਿ ਇੱਕ ਬੜਾ ਵੱਡਾ ਸਵਾਲ ਆ, ਬਹੁਤ ਵੱਡਾ ਸਵਾਲ ਆ ਕਿ ਦੇਖੋ, ਇੱਕ ਤਾਂ ਸੁਸਾਈਡ ਨੋਟ ਆ ਜਿਹੜਾ, ਉਹਦੇ ਉੱਤੇ ਟੇਪਿੰਗ ਹੋਈ ਆ, ਉਹ ਟੇਪ ਕਾਹਤੋਂ ਹੋਈ ਆ, ਕਿਉਂ ਉਹਨੂੰ ਪਾੜਿਆ ਗਿਆ, ਕੀ ਹਿਸਾਬ ਕਿਤਾਬ ਗਿਆ, ਉਹਦੇ ਬਾਰੇ ਜ਼ਰੂਰ ਪੁਲਿਸ ਸਾਫ਼ ਕਰਨਾ ਚਾਹੇਗੀ, ਤੇ ਉਹਨੂੰ ਕਰਨਾ ਵੀ ਚਾਹੀਦਾ ਕਿ ਉਹ ਕਾਹਤੋਂ ਟੇਪਿੰਗ ਆ ਉਹਦੇ ਉੱਤੇ। ਦੂਜੀ ਚੀਜ਼ ਇਹ ਆ ਕਿ LPU ਨੇ ਜੋ ਅਧਿਕਾਰਤ ਤੌਰ ਤੇ ਬਿਆਨ ਜਾਰੀ ਕੀਤਾ ਸੀਗਾ, ਤਾਂ ਉਹਨਾਂ ਨੇ ਜਿਹੜੀ ਗੱਲ ਕਹੀ ਸੀਗੀ ਕਿ ਦ ਇਨੀਸ਼ੀਅਲ ਇਨਵੈਸਟੀਗੇਸ਼ਨ ਬਾਏ ਦ ਪੁਲਿਸ ਐਂਡ ਦ ਕੰਟੈਂਟ ਆਫ ਦ ਸੁਸਾਈਡ ਨੋਟ ਪੁਆਇੰਟ ਟੂਵਰਡਸ ਪਰਸਨਲ ਇਸ਼ੂਜ ਆਫ ਦ ਡਿਸਾਈਡੈਂਟ, ਇਹ ਉਹਨਾਂ ਦੇ ਮਤਲਬ ਕਿ ਬਿਆਨ ਨੇ ਜੋ ਇਹਨਾਂ ਨੇ ਕਿਹਾ ਕਿ ਇਹ ਪਰਸਨਲ ਇਸ਼ੂਜ ਆਫ ਦ ਡਿਸਾਈਡੈਂਟ, ਕੁਛ ਇਸ ਤਰ੍ਹਾਂ ਦਾ ਲਿਖਿਆ, ਮਤਲਬ ਕਿ ਇੱਥੇ ਹਵਾਲਾ ਦਿੱਤਾ ਗਿਆ ਪਰਸਨਲ ਇਸ਼ੂ ਦਾ। ਮੈਂ ਉਹ ਉਹਨਾਂ ਦੇ ਜਾ ਕੇ ਟਵਿੱਟਰ ਹੈਂਡਲ ਤੋਂ ਇਹ ਤੁਹਾਨੂੰ ਪੜ੍ਹ ਕੇ ਦੱਸ ਰਿਹਾ ਵਾਂ ਕਿ ਜਿਹੜਾ ਉਹਨਾਂ ਨੇ ਦੱਸਿਆ ਸਭ ਤੋਂ ਪਹਿਲਾਂ ਕੱਲ ਇਸ ਵੇਲੇ, ਯਾਨੀ ਜਦੋਂ 6 ਕੁ ਘੰਟੇ ਪਹਿਲਾਂ ਉਹ ਜਿਹੜਾ ਟਵੀਟ ਕੀਤਾ ਸੀਗਾ LPU ਦੇ ਜਿਹੜਾ ਅਧਿਕਾਰਤ ਟਵਿੱਟਰ ਹੈਂਡਲ ਆ, ਤਾਂ ਉਹਦੇ ਚ ਪਰਸਨਲ ਇਸ਼ੂ ਤੁਸੀਂ ਕਿਸ ਬਿਨਾਂ ਤੇ ਕਹੇ ਨੇ, ਬੜਾ ਵੱਡਾ ਸਵਾਲ ਆ। ਕਿਉਂਕਿ ਇਹ ਖੁਦਕੁਸ਼ੀ ਪਰਸਨਲ ਇਸ਼ੂ ਕਰਕੇ ਨਹੀਂ ਹੋਈ। ਪਰਸਨਲ ਇਸ਼ੂ ਆਪਾਂ ਇਹ ਕਹਿੰਦੇ ਕਿ ਜੇ ਕੋਈ ਘਰ ਦੇ ਵਿੱਚ ਕੋਈ ਖੱਟ ਪੱਟ ਹੈ ਜਾਂ ਕੋਈ ਬੰਦਾ ਫਿਜ਼ੀਕਲੀ ਫਿੱਟ ਨਹੀਂ ਹੈ, ਕੁਛ ਐਸਾ ਵੈਸਾ ਹੁੰਦਾ ਹੈ, ਜਾਂ ਉਹ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਹੈ, ਤਾਂ ਉਹ ਕਿਸੇ ਬੰਦੇ ਦਾ ਨਾਮ ਲਿਖ ਰਿਹਾ ਬਾਈ ਨੇਮ, ਉਹ ਸੁਸਾਈਡ ਨੋਟ ਲਿਖ ਰਿਹਾ, ਤਾਂ ਉਹ ਪਰਸਨਲ ਇਸ਼ੂਜ਼ ਕਿਵੇਂ ਹੋ ਗਏ? ਇਹ ਇੱਕ ਬੜਾ ਵੱਡਾ ਸਵਾਲ ਹੈ। ਤਾਂ ਜਿਵੇਂ ਸੁਸਾਈਡ ਨੋਟ ਤੇ ਉਹ ਟੇਪਿੰਗ ਕਾਹਤੋਂ ਹੈ, ਉਹ ਫਟਿਆ ਕਿਉਂ ਹੈ, ਇਹ ਇੱਕ ਮੇਰਾ ਹੋਰ ਵੱਡਾ ਵੱਡਾ ਸਵਾਲ ਹੈ ਜਿਹੜਾ ਕਿ ਕੀਤਾ ਨਹੀਂ ਜਾ ਰਿਹਾ। ਤੋ ਇਹ ਕੁਛ ਹੈ, ਪਰ ਮਾਮਲਾ ਦਰਜ ਹੋ ਗਿਆ, ਹੁਣ ਦੇਖੋ ਕੀ ਹੁੰਦੀ ਹੈ ਕਾਰਵਾਈ, ਕੀ ਨਹੀਂ ਹੁੰਦੀ, ਪਰ ਬਹੁਤ ਸੈਡ ਨਿਊਜ਼ ਹੈ ਜੀ। ਮੁੱਖ ਮੰਤਰੀ ਪੰਜਾਬ ਨੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ, ਜੋ ਸੈਸ਼ਨ ਸੱਦਣਾ ਸੀ ਉਹ ਤਾਂ ਚਰਚਾ ਦੇ ਵਿੱਚ ਹੈ, ਕਾਨੂੰਨੀ ਕਾਨੂੰਨ ਕਾਰਵਾਈ ਕਹਿੰਦੇ ਕਰਾਂਗੇ, ਵੇਖਾਂਗੇ, ਖੋਗਾਂਗੇ, ਪਰੰਤੂ ਹੁਣ ਇਹ ਜਿਹੜੀ ਵਿਧਾਇਕ ਦਲਾਂ ਦੀ ਮੀਟਿੰਗ ਹੈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇਹ ਹੁਣ ਸਵੇਰੇ ਸਵੇਰੇ ਫੈਸਲੇ ਹੋਏ ਨੇ। ਦੇਖੋ ਗੱਲ ਕੀ ਹੈ ਕਿ ਸੈਸ਼ਨ ਵਾਲਾ ਤਾਂ ਕੰਫਲਿਕਟ ਜਿਹੜਾ ਹੈ ਉਹ ਵਧੇਗਾ, ਇਹ ਤੇ ਸਾਫ਼ ਆ, ਸਪਸ਼ਟ ਆ, ਇਹਦੇ ਅੱਗੇ ਜਾਏਗਾ ਹੀ ਜਾਏਗਾ, ਠੀਕ ਹੈ ਨਾ। ਤਾਂ ਦੂਜੀ ਗੱਲ ਜਿਹੜੀ ਹੈ ਕਿ ਹੁਣ ਇਹ ਕੀ ਕਰਦੇ ਵਿਧਾਇਕ ਦਲ ਦੀ ਮੀਟਿੰਗ, ਵਿਧਾਇਕ ਤਾਂ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਉੱਥੇ ਚੰਡੀਗੜ੍ਹ ਦੇ ਵਿੱਚ ਹੀ ਸਨ ਇਹਨਾਂ ਦੇ, ਉੱਥੇ ਹੀ ਹੋਣਗੇ, ਉੱਥੇ ਉਹ ਮੀਟਿੰਗ ਹੋ ਜਾਏਗੀ ਅੱਜ ਸਾਜਰੇ, ਲੱਗਦਾ ਕਿ 9-10 ਵਜੇ ਦੇ ਦਰਮਿਆਨ ਉਹ ਸਾਰੀ ਮੀਟਿੰਗ ਜਿਹੜੀ ਹੈ ਉਹ ਇਹਨਾਂ ਦੀ ਹੋ ਜਾਏਗੀ। ਤਾਂ ਉਸ ਤੋਂ ਬਾਅਦ ਕੀ ਫੈਸਲਾ ਲਿਆ ਜਾਏਗਾ ਕਿ ਕੀ ਇਹ ਕੋਈ ਮਾਰਚ ਕਰਦੇ ਨੇ ਜਾਂ ਫਿਰ
उस बैठक दे विच इह वी कई बार हो जांदा है कि अपनी तुसी मोक जिहड़ी हुंदी है मोक संसद उह चला लो, अपनी इक डमी संसद कह लो, डमी सदन कह लो, तो उह सारा कुछ है जिहड़ा करके जिवें किसान भी चलाउंदे हुंदे सन संसद दे बरोबर, इह वी चलाया जा सकदा क्योंकि संविधानक तौर ते हुण तुसी सैशन नहीं बुला सकते, वो तो तुहाडा वर्का उन्होंने पाड़ दिता है। हुण इह चीज की जा सकती है जां गवर्नर के खिलाफ प्रोटेस्ट या कुछ ऐसा वैसा प्रोग्राम लिखा जा सकता, क्योंकि ये वो मीटिंग तो बाद इन्होंने डिसीजन लेना वा, आप कुछ नहीं कह सकते कि फाइनल डिसीजन इन्हों का की होएगा, पर इस तरह लगता है कि इन्हों की आपस के जी तसलबाजी है वो वधेगी वधेगी, गवर्नर बनाम पंजाब सरकार मुद्दा थोड़ा अगे जाएगा जाएगा। हुण संविधानक पहलू की ने वो तो कोई संविधान का माहर ही दस सकता है, पर गवर्नर ने साफ तौर पर मैनशन कर दिता है कि संविधान के इदा की कोई प्रोविजन नहीं है, जे तुहानू कोई प्रोविजन लभदी है तो तुसी कोर्ट भी जा सकते, भी एक रस्ता हाल की कड़ी है, लड़ाई जी है वह मुकेगी नहीं, अज फिर यह लड़ाई जी है शुरू होएगी। मान साहब की हेल्पलाइन भी पता लगा कि दम तोड़ दी नजर आ रही है, हाँ जी उन्होंने हेल्पलाइन भी हेल्प की हम जरूरत है जिस हिसाब न लॉकडाउन वज रही है, तो देखो इन्होंने एंटी करप्शन हेल्पलाइन जी जारी की थी पिछले दो तीन दिन तो रिपोर्ट आ रही ने, एक और नवी रिपोर्ट आई है जिसे कहा गया कि छे महीनों के एक लख तो 6,000 शिकायतें रह गई ने, 3 मार्च स्टार्ट की गई थी बड़े धूम धड़के, नंबर भी मैं याद आ इन्होंने कहा 95012-00200 मतलब कि वट्सअप कर दो, फलान कर दो, धमकान कर दो, होते देखो इन्होंने की किया कि शिकायतों से लखा पहुंचिया उदे इन्होंने महज कोई 147 को कार्रवाई वास्ते चुनिया, हजार ऐसिया शिकायतें भी गई सन जिदे आडियो या वीडियो रिकॉर्डड भी सीगा। तो हुण हुंदा की है कि जो इना हजार बंदियां दा जोश हुंदा, लखां बंदियां दा जोश हुंदा कि खुरे की हो जाएगा, जो उन्हां दी नजर दे विच शिकायत बड़ी वाजब हुंदी है, पर आपां नूं भी पता कई शिकायतां गैर जरूरी ने जिहड़ियां इस हेल्पलाइन दे नाल संपर्क जां हेल्पलाइन दे नाल संबंधित नहीं हुंदियां, कोई इन्हां दा कोई उहदे नाल वाह वास्ता नहीं हुंदा, पर लोकां नूं लगदा कि शायद सारे मसले ते हल हो जाणगे। जी जी कुछ यह हों कि जो नहीं हों फिर अगला कहना दफा करो, इतने बार बार मत्था मारने का की फायदा, क्योंकि बहुत घट कार्रवाई योग ये शिकायतें जो निकलियां ने, यही कारण है कि मार्च के 1,19,309 शिकायतें सी, अप्रैल 96,983 सन, मई 43,562 सन, जून 27,536, फिर जुलाई के 24,315, अगस्त 22,506, के सितंबर च सिर्फ 4,298 रह गई। मैं लगता कि हैप्पी न्यू ईयर तक के सारा कुछ बंद ही हो जाएगा। जी मेरे ना कॉलर ने देख दिया की कहना चाहते ने, वेलकम जी, स्वागत है, सत श्री अकाल। सत श्री अकाल जी। जी हाँ जी, विधानसभा सैशन बंद करता या बंद करा दिता गया, पर जे कोई पंजाब के मसलियां दे समुद्र एजेंडा रखा जाता फिर बुलाया जाता फिर गल सही नहीं सी। दूजी गल जे 92 हीरे आने कोई आदमी है जोड़ा पंजाब के मसलों बारे कोई जाके रखता जाते जा कोई वधिया बोल सकता। धन्यवाद जी, सुन लिया जी, बहुत मेहरबानी जी। नहीं बोलने लई तो भगवंत मान जी वाधू ने, उन्होंने पिछले सैशन के देखा तो है कि किवें चटकारे लै लै के गल्लां कीतियां सी, बोलण दा सी आ जिन्हां नूं मर्जी इत्थे लै तुसीं कहिंदे, मैं तां कहिंदा 92 ते 92 ने जिन्ना मर्जी बुला लो, बोलण च की है, बोली जाणा उहनां नूं, बोलण दा की है, पर बोलण दे जे झाकी मारदी ते बोली जांदा बंदा, वैसे मूंह खाण वास्ते आ पर आपां बोलण दा ही ज्यादा कम लैंदे आ, ये लीडर ते अपने तो भी कई गुणा ज्यादा बोलण दा कम लैंदे आ। बाकी जिहड़ी गल तुसीं कही आ पंजाब के मुद्दे से रख दे, पंजाब के मुद्दे से वो नहीं ना रखना चाहते, और उत्तों ऑर्डर आता जिमें कि भाई यह कम कर दो, उन्होंने तो इस बना कि विखावा किया जाए ताकत का कि साढ़े जे 92 के 92 आई है
जो तुम इस तरह करते हो तो फिर कई बार तुम्हें कोई झटका मिल जाता है। पर यह गल सही सी। वैसे ना गल की है कि बहुता सियाना बंदा जिहड़ा ना कई बार खता खा जाता है। इदां कीता जा सकता कि स्पैशल इजलास सद के देखो कूटनीति की गेम होती है। मैं नहीं समझता कि मैं बहुत वड्डा हुशियार आदमी हाँ तो मैं इनू बड़ी सियासत की समझ है, पर कई बार साधारण बंदा एक वक्रे नजरिए तो सोचता कि तुम स्पैशल इजलास सद के ये ताकत ही दिखाई सी तो उत्थे भी तो तुम कह सकते कि 92 साढ़े इधर आके बैठे है साथे नाल। जी जी बिल्कुल बिल्कुल बिल्कुल। उन्होंने अदेव साहब जिहड़े इन्हां दे एमएलए ने वो कह रहे हैं कि साढ़े सारे के सारे जिन्हें भी मंत्री ते एमएलए ने एन शुद्ध 24 कैरेट सोने वर्गे ने। तो फिर खोट तो है ही कोई नहीं। तो फिर इस संदर्भ के जिवें वीर जी कह के गए हैं कि विरोधी धिरां भी कह रही सी कि माइनिंग के मुद्दे पर या होर मुद्दों के उत्ते तुसीं सैशन सद्दे तो शायद भई विच अपनी गल भी तुसीं कह जांदे। अगला मेरा सवाल है कि आप कल परसों भी गलबात की ही पराली के उत्ते है ना, केंद्र पता लगा कि पराली साड़न तो रोकने लिए काफी सरगर्म नजर आ रहा, की कहना चाहो? हाँ जी देखो ये की है कि जो केंद्रीय मंत्री है उन्होंने भी कल बयानबाजी की है, उन्होंने एक मीटिंग भी की है। इनफैक्ट के जो जो स्टेट है जिदा यूपी है दिल्ली है पंजाब है हरियाणा है इन्होंने एक मुलाकात की है तोमर साहब ने। तोमर साहब ने कहा कि जो तक असी इस मामले से जीरो तक नहीं आ जाते, मतलब कि जो तक असी इस पराली साड़न वाले मुद्दे से जो राज ने जीरो तक नहीं आ जाते तो उदों तक असी अपने आप को ये नहीं कह सकते कि हाँ सब कुछ ठीक हो गया। तो खैर देखो केंद्र इनवॉल्व होया, केंद्र ने तो इतों तक भी कह दिता है कि 600 करोड़ रुपया फी दिता, हूँ 600 करोड़ रुपया कहनू दिता है कि इस वरे दिता है। तो एक अपना कल जिज्ञासा का विषय जांच पड़ताल का विषय है, पर इन्होंने सारा कुछ उत्थे समझा दिता कि देखो असी मशीनों वास्ते पैसे दे चुके हैं, असी तुहानू खोजा वास्ते पैसे दे चुके हैं, सारा कुछ दे चुके हैं, पर पराली साड़न का मुद्दा जीरो होने से ही तुहाडी कामयाबी है। असता कहण का भाव यह है कि उन्होंने स्पष्ट अखरां च कह दिता कि साढ़े तो होर झाक ना रखो, जिदा किदा भी है तुसी इस मसले को हल करो, असी ऑलरेडी दे चुके तो बिल्कुल दे चुके ने 1138 करोड़ रुपया से पंजाब नूं दिता। कहना दसो 1138 करोड़ थोड़ा हुंदा सी, एवें कही जाइए पंजाब नाल बड़ा वितकरा हुंदा जी धक्का हुंदा, तो सारे मामले तो थोड़ी असी कह सकते जी। ये अपने जिहड़े साडे डकट्टू है चोर है वो चक्के है असी उन्हां नूं बरी कर दिंदे बिल्कुल साडे नाल जी बड़ा धक्का। 1138 करोड़ रुपए च देखो जी बहुत कुछ हो जाता है करन वाले जे होण तां, जो हूँ वो भी घपला निकल आया मुहरे हूँ इन्होंने साफ स्पष्ट कर दिता कि भाई असी जो करना सी असी कर दिता, 600 करोड़ का होर भी उन्होंने सुना दिता कि भाई हूँ जिदा मर्जी है तुसी करो, हूँ देखना होगा कि किवें उहदा निबेड़ा तुहाडा नजरिया भी लै लैणे आ। पता लगा जी पता लगा है कि भावें कि कार्यकारनी सन ज्ञानी हरप्रीत सिंह जी दो दो तख्तां दे जहेदार ने, दो दो रुतबे ने जनाब दे कोल और जा सकते ने, छुट्टी हो सकती है या करवाई जा सकती है, की कहना चाहोगे? एक दो अखबारों ने अच्छी खबर लाई है भाई थोड़ी घुटन जी महसूस करते ने जथेदार ज्ञानी हरप्रीत सिंह जी, तो चाहते ने कि इतों सिर्फ वो जो उन्होंने कोल अपना अहुदा हैगा जथेदारी है की है तख्त श्री दमदमा साहब की कि उ बस जाके सेवा की जाए तो इतों हूँ तुरया जाए। ये जिहड़ियां दोवें रिपोर्टां दो तीन रिपोर्टां जिहड़ियां हैगियां ने जिहड़ियां छपियां ने उहदे विच इहो गल कही गई है कि नजदीकियां दे हवाले तो भई जिहड़े जथेदार साहब दे नजदीकी ने उन्होंने किते ना किते संकेत दिता है कि जिहड़ा वाधू कार्ज भार है जिहड़ा इन्हां ने तख्त श्री अकाल तख्त साहिब दा जिहड़ा कार्यकारी जथेदार दा कार्ज भार है कि इह छड्डण दा मन बणाउंदे आ। हूँ ये की कारण ने देखो ऑफिशियली आप कोई स्टेटमेंट ऐसी कोई कोर्ट नहीं कर सकते अपने को है नहीं, पर जिहड़ियां स्टेटमेंटा ऑन द रिकॉर्ड ने वो तो थोड़ा जिहा संकेत कर दियां ने कि इन्हां दे कुछ बयान इस तरह के आ जिहदे विच श्रोमणी अकाली दल मान नूं सॉरी श्रोमणी अकाली दल बादल नूं थोड़ी असहजता महसूस होंदी है कुछ मामलों के, हो सकता कुछ लीडर कई बार होंगे कि
ਤੁਹਾਡੇ ਕੰਮ ਕਰਦੇ ਨਾਲ ਉਹ ਅਸਹਿਮਤ ਹੋ ਜਾਂਦੇ, ਉਹਨਾਂ ਨੂੰ ਲੱਗਦਾ ਹੈ ਕਿ ਬਈ ਪਾਰਟੀ ਪੱਧਰ ਤੇ ਇਸ ਤਰ੍ਹਾਂ ਦੇ ਜਿਹੜੇ ਜਥੇਦਾਰ ਹੈ ਉਹ ਸਾਨੂੰ ਨਹੀਂ ਮਕੂਲ ਹੈਗਾ। ਕਈ ਵਾਰ ਇਹ ਚੀਜ਼ਾਂ ਹੁੰਦੀਆਂ ਨੇ ਅੰਦਰ ਖਾਤਿਓਂ, ਦੇਖੋ ਕੀ ਗੱਲ ਹੈ, ਪਰ ਜਦੋਂ ਤੱਕ ਉਹ ਸਾਹਮਣੇ ਆ ਕੇ ਕੋਈ ਗੱਲ ਕਹਿੰਦੇ ਆ ਕਹਿੰਦੇ ਨਹੀਂ ਹੈ, ਉਦੋਂ ਤੱਕ ਤਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ। ਪਰ ਇੱਕ ਚੰਨੀ ਵਾਲੇ ਮੁੱਦੇ ਤੇ ਵੀ ਏਦਾਂ ਹੋਇਆ ਸੀਗਾ ਕਿ ਅਰਜੀਤ ਸਿੰਘ ਚੰਨੀ ਦੇ ਨਾਲ ਇਹਨਾਂ ਦੀਆਂ ਮੁਲਾਕਾਤਾਂ, ਉਹਨਾਂ ਦਾ ਵੀ ਖਾਸ ਤੌਰ ਤੇ ਥੋੜਾ ਜਿਹਾ ਰੋਸਾ ਜਿਲ੍ਹਾ ਹੈਗਾ ਸੀ ਕੁਛ ਬੰਦਿਆਂ ਦੇ ਮਨ ਚ, ਮੈਨੂੰ ਪਤਾ ਹੈ। ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਜਥੇਦਾਰ ਜੀ ਬਾਰੇ ਇੱਕ ਚਰਚਾ ਜਿਹੜੀ ਹੁਣ ਪੱਖਵੀ ਹੈ ਉਹ ਇਹ ਆ ਕਿ ਇਹ ਨਾਲੇ ਤਾਂ ਸੈਂਟਰਲ ਏਜੰਸੀਆਂ ਨੂੰ ਭੰਡਦੇ ਆ ਤੇ ਅਕਾਲੀ ਦਲ ਵਾਲੇ ਵੀ ਅੱਜ ਕੱਲ ਜਿਵੇਂ ਬਾਦੂਵਾਲ ਨੂੰ ਦੱਸ ਰਹੇ ਕਿ ਏਜੰਟ ਆ ਫਲਾਂ 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 ਏਜੰਸੀਆਂ ਵਾਲਾ, ਤਾਂ ਤੁਹਾਨੂੰ ਪਤਾ ਹੀ ਆ ਇਹ ਬੜੀ ਰਾਜਨੀਤੀ ਦਾ ਇੱਕ ਉਗੜਵਾਂ ਪਹਿਲੂ ਰਿਹਾ ਹਮੇਸ਼ਾ ਤੋਂ। ਹੁਣ ਗੱਲ ਇਹ ਆ ਕਿ ਇਹਨਾਂ ਦੀਆਂ ਜਿਹੜੀਆਂ ਵੱਡੇ ਲੀਡਰਾਂ ਦੇ ਨਾਲ ਨਜ਼ਦੀਕੀਆਂ ਨੇ, ਨਜ਼ਦੀਕੀਆਂ ਤੋਂ ਭਾਵ ਕੇ ਮੁਲਾਕਾਤਾਂ ਹੁੰਦੀਆਂ ਨੇ, ਕਈ ਵਾਰੀ ਸ਼ਿਰਕਤ ਵੀ ਕਰਦੇ ਨੇ ਕੁਛ ਆਯੋਜਨਾ ਦੇ ਵਿੱਚ, ਉਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਵਿਰੋਧਾਭਾਸ ਹੈ ਕਿ ਇਹ ਆਪਾਂ ਵਿਰੋਧੀ ਗੱਲ ਹੋ ਜਾਂਦੀ ਹੈ ਕਿ ਅਕਾਲੀ ਦਲ ਬਾਦਲ ਨਿਸ਼ਾਨੇ ਲਾ ਰਿਹਾ ਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ, ਹਾਲਾਂਕਿ ਜਦੋਂ ਕੌਮ ਦੇ ਜਥੇਦਾਰ ਦੇ ਵਜੋਂ ਆਪਾਂ ਤੁਸੀਂ ਦੇਖੋਗੇ ਇਹ ਚੀਜ਼ ਹੁੰਦੀ ਹੈ ਕਿ ਬਈ ਉਹ ਮੀਟਿੰਗਾਂ ਵਗੈਰਾ ਕਰਦੇ ਆ, ਪਰ ਕੁਛ ਐਕਸਟਰਾ ਆਰਡੀਨਰੀ ਚੀਜ਼ਾਂ ਜਦੋਂ ਵਾਪਰਦੀਆਂ ਨੇ ਤਾਂ ਉਹ ਫਿਰ ਤੁਹਾਨੂੰ ਪਤਾ ਹੀ ਆ ਗੈਰ ਸਧਾਰਨ ਚੀਜ਼ਾਂ ਕਈ ਵਾਰ ਬਹੁਤ ਵੱਡੇ ਵੱਡੇ ਸਵਾਲ ਜਿਹੜੇ ਉਹ ਖੜੇ ਕਰਦੀਆਂ। ਤਾਂ ਕੁਛ ਚੀਜ਼ਾਂ ਹੈਗੀਆਂ ਇਹ, ਪਰ ਹੁਣ ਜਦੋਂ ਤੱਕ ਸਾਹਮਣੇ ਆ ਕੇ ਜਾਂ ਜਦੋਂ ਤੱਕ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਆਪਾਂ ਕੀ ਕਹਿ ਸਕਦੇ ਹਾਂ, ਪਰ ਇਹ ਖਬਰਾਂ ਹੈਗੀਆਂ ਨੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ ਮਿੰਟੂ ਜੀ, ਕੱਲ ਮਿਲਦੇ ਹਾਂ, ਰੱਬ ਰਾਖਾ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।